ਦੁਨੀਆ ਦੇ ਮਾਲਕਾ ਤੇਰੀ ਦੁਨੀਆ ਅਜੀਬ ਹੈ, ਇੱਕੋ ਕਲਮ ਨਾ ਲਿਖੇ ਸਭ ਦੇ ਨਸੀਬ ਹੈ। ਤੇਰਾ ਬੇੜਾ ਬਹਿ ਜੇ ਹੁਣ, ਇਹਨੂੰ ਪਤਾ ਨਹੀਂ ਕੀ ਹੋ ਗਿਆ, ਇਹ ਵੀ ਪਤੰਦਰ ਗੁਰੀ ਦੇ ਹੱਥ ਹੀ ਲੱਗਾ, ਉਹਦੇ ਕੋਲ ਸੂਤ ਆਉਂਦਾ, ਇਹਨੂੰ ਵੇਚ ਕੇ ਤਾਂ ਮੈਂ ਸਾਈਕਲ ਹੀ ਲੈ ਲੈਣੀ ਆ, ਨਾ ਪੈਟਰੋਲ ਦਾ ਖਰਚਾ ਅਤੇ ਆ ਰੋਜ਼ ਦੀ ਕਿਚ ਕਿਚ ਵੀ ਖਤਮ ਹੋਊਗੀ। ਹੁਣ ਕੀ ਕਰਾਂ, ਇੱਥੇ ਲਾਗੇ ਚਾਗੇ ਹੈ ਵੀ ਨਹੀਂ ਕੋਈ, ਉਹ ਬੰਦਾ ਆਉਂਦਾ ਕਾਕਾ ਮੈਨੂੰ ਉਹ ਪਿੰਡ ਦੀ ਫਿਰਦੀ ਤੱਕ ਲਾ ਦੀ, ਬਹਿ ਜਾ ਹੁਣ, ਇਹਨੂੰ ਕੀ ਮੌਤ ਪੈ ਗਈ। ਚੱਲ ਠੀਕ ਹੈ, ਇੱਦਾਂ ਕਰ ਤੂੰ ਇਹਨੂੰ ਸਟਾਰਟ ਕਰ, ਮੈਂ ਯਾਰ ਹਲਕਾ ਹੋ ਗਿਆ, ਕਰ ਲੈ ਸਟਾਰਟ ਇਹਨੂੰ। ਤੂੰ ਦੁਰ ਫਿਟੇ ਤੇਰਾ, ਉਹ ਕੰਜਰਾ ਜਿਹਦੇ ਜੀ ਵੀ ਸਾਡਾ ਖੂਨ ਪੀਤਾ ਸੀ, ਹੁਣ ਮਰ ਗਿਆ ਤਾਂ ਵੀ ਨਹੀਂ ਟਿਕਣ ਦਿੰਦਾ, ਹੈਂ ਉਹ ਸ਼ਰਮ ਕਰ ਸ਼ਰਮ, ਇੱਕ ਕੁੜੀ ਪਿੱਛੇ ਖੂਹ 'ਚ ਡੁੱਬ ਕੇ ਮਰ ਗਿਆ ਸੀ, ਸਾਰਾ ਤੇਰੀ ਮਾਂ ਦਾ ਕਸੂਰ ਆ। ਹੈਂ ਪਰ ਇੱਕ ਗੱਲ ਪੁੱਤ ਯਾਦ ਰੱਖੀ, ਉਸ ਚੜੇਲ ਦੇ ਨਾਲ ਤੇਰਾ ਵਿਆਹ ਤਾਂ ਮੈਂ 10 ਜਨਮ ਨਹੀਂ ਹੋਣ ਦੇਣਾ। ਫੜ ਜਾ ਤੇਰੀ ਤੇਰੇ ਬਾਪੂ ਨੂੰ, ਇਹਨੇ ਜਿੰਦੇ ਜੀ ਸਾਡਾ ਵਿਆਹ ਨਹੀਂ ਹੋਣ ਦਿੱਤਾ, ਇਹਦਾ ਖੂਨ ਪੀ ਕੇ ਹੀ ਮੇਰੀ ਆਤਮਾ ਨੂੰ ਸ਼ਾਂਤੀ ਮਿਲੂਗੀ, ਇਹਦੇ ਕਰਕੇ ਅਸੀਂ ਖੂਹ 'ਚ ਛਾਲ ਮਾਰੀ, ਮੈਂ ਦੱਸਦੀ ਹਾਂ। ਠਹਿਰ ਜਾ ਕੰਬੀਏ, ਤੂੰ ਦੇਖਿਆ ਨੀ ਕਿੱਦਾਂ ਇਹਨੇ ਮੇਰੇ ਖਿੱਚ ਕੇ ਚਪੇੜ ਮਾਰੀ, ਉਹ ਜਿਹੜਾ ਬੰਦਾ ਜਿਉਂਦੇ ਜੀ ਭੂਤਾਂ ਦਾ ਇਹ ਹਾਲ ਕਰ ਸਕਦਾ ਹੈ, ਸੋਚ ਜੇ ਉਹ ਮਰ ਗਿਆ ਤਾਂ ਸਾਡਾ ਕੀ ਹਾਲ ਕਰੂਗਾ। ਤੂੰ ਇਹਨੂੰ ਜਾਣਦੇ ਹੈ, ਜੇ ਇਹ ਜਿਉਂਦਾ ਰਿਹਾ ਤਾਂ ਹੀ ਆਪਾਂ ਵੀ ਸੁਖੀ ਰਵਾਂਗੇ, ਨਹੀਂ ਤਾਂ ਇਹਨੇ ਸਾਡੀ ਜੂਨ ਨੂੰ ਵਕਤਾ ਪਾ ਦੇਣਾ। ਲਿਆ ਚਾਬੀ, ਕੰਜਰਾ ਹੁਣ ਦੇ ਸਾਹਮਣੇ ਆ ਗਏ ਨਾ ਤੇ ਤੇਰੇ ਛੱਤਰ ਮਾਰ ਮਾਰ ਤੇਰਾ ਬੂਥਾ ਲਾਲ ਕਰ ਦੇਣਾ, ਖੂਨ ਪੀਣਾ ਮੇਰਾ। ਹੁਣ ਤੂੰ ਕੀ ਲੈਣਾ ਮੇਰੇ ਕੋਲੋਂ? ਬਾਪੂ ਜੀ ਹੈਲਮੇਟ ਤਾਂ ਪਾ ਲਓ, ਕੋਈ ਸੱਟ ਫੇਂਟ ਨਾ ਲੱਗ ਜੇ ਤੁਹਾਨੂੰ।